ਹਾਂਜੀ ਬੱਚਿਓ ਇਸ ਵੀਡੀਓ ਦੇ ਅੰਦਰ ਅਸੀਂ ਕਲਾਸ 12th ਦਾ ਜਿਹੜਾ ਕਿ ਜਰਨਲ ਇੰਗਲਿਸ਼ ਦਾ ਹੋਸਟਰੀਮ ਵਾਲਾ ਪੇਪਰ ਦੇਖਾਂਗੇ ਜਿਹੜਾ ਕਿ ਸਭ ਦੇ ਲਈ ਬਹੁਤ ਇੰਪੋਰਟੈਂਟ ਹੈ ਜਿਹੜਾ ਕਿ ਹੁਣੇ ਤੁਹਾਡਾ ਸਤੰਬਰ ਦੇ ਵਿੱਚ ਹੋਣ ਜਾ ਰਿਹਾ ਹੈ ਤਾਂ ਇਹਦੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬੱਚੋ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ 12th ਦੇ ਜਿਹੜੇ ਕਿ ਮੈਂ ਜਨਰਲ ਪੰਜਾਬੀ ਹੋਰ ਵੀ ਕਈ ਪੇਪਰ ਜਿਹੜੇ ਕਿ ਅਪਲੋਡ ਕਰ ਚੁੱਕੀ ਆ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਦੇਖੋ ਚਲੋ ਆਪਾਂ ਦੇਖਦੇ ਆ ਫਰਸਟ ਬਹੁਤ ਇੰਪੋਰਟੈਂਟ ਪੇਪਰ ਹੈ 80 ਮਾਰਕਸ ਦਾ ਪੇਪਰ ਆਊਗਾ ਜਿਨ੍ਹਾਂ ਨੇ ਅਸੀਂ ਵਿੱਚੋਂ 80 ਲੈਣੇ ਨੇ ਉਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਗੇ ਤੇ ਮੈਂ ਖੁਦ ਆਪਰੇ ਕਰਾਂਗੀ ਕਿ ਤੁਸੀਂ ਸਾਰੇ ਹੀ ਬੱਚੇ ਬਹੁਤ ਵਧੀਆ ਮਾਰਕਸ ਲੈਣ ਤੇ ਦੇਖੋ ਫਰਸਟ ਸਾਨੂੰ ਇੱਕ ਪੈਰਾ ਆਊਗਾ ਪੈਰੇ ਦੇ ਵਿੱਚੋਂ ਨਾ ਤੁਸੀਂ ਕੁਐਸਚਨ ਆਨਸਰ ਲੱਭਣੇ ਨੇ ਪੇਪਰ ਪੈਟਰਨ ਵੀ ਦੇਖ ਲਓ ਕੋਰ ਤੇ ਪੈਰਾ ਵੀ ਦੇਖ ਲਿਓ ਤੁਸੀਂ ਧਿਆਨ ਨਾਲ ਇਹ ਵੀ ਆ ਸਕਦਾ ਹੈ ਇਸ ਦੇ ਨਾਲ ਮਿਲਦਾ ਜੁਲਦਾ ਵੀ ਕੋਈ ਆ ਸਕਦਾ ਠੀਕ ਹੈ देयर आर ਹਾਊਸਿਸ 올 ਓਵਰ ది ਵਰਡ ਸਮ ਹਾਊਸਿਸ ਆਰ ਲਾਰਜ ਸਮ ਆਰ ਸਮਾਲ ਤੇ ਵਾਈ ਆਰ ਦੀ ਜਿਹੜਾ ਕੁਐਸਚਨ ਆਗਾ ਹੈ ਵਾਈ ਆਰ ਮੈਨੀ ਫੋਰੈਸਟ ਹਾਊਸਿਸ ਮੇਡ ਆਫ ਲੌਗਸ ਤਾਂ ਜਿਹੜੇ ਕੁਝ ਜ਼ਿਆਦਾ ਜਿਹੜੇ ਹਾਊਸ ਸੀਗੇ ਉਹ ਲੌਗਸ ਦੇ ਹੀ ਕਾਤੋਂ ਬਣਾਏ ਗਏ ਸੀਗੇ ਤਾਂ ਆਪਾਂ ਉਸ ਦਾ ਰੀਜ਼ਨ ਦੱਸਣਾ ਹੈ ਤਾਂ ਇੱਥੇ ਲਿਖਿਆ ਹੋਇਆ ਦੇਖ ਲਓ ਆ ਹਾਊਸ ਬੇਡ ਆਫ ਲੌਗ ਸਮ ਹਾਊਸਿਸ ਹੈਵ 1 ਰੂਮ ਤੇ ਸਮ ਹਾਊਸਿਸ ਹੈਵ ਮੈਨੀ ਰੂਮਸ ਠੀਕ ਹੈ ਤੇ ਜਿਹੜੇ ਸੋ ਪੀਪਲ ਹੂ ਲਿਵਡ ਇਨ ਮਾਈਟ ਬਿਲਡਿੰਗ ਹਾਊਸ ਤੇ ਕਿਦੇ ਲਈ ਜਿਹੜੇ ਮੈਨੀ ਲੌਗਸ ਇਨ ਫੋਰੈਸਟ ਰੀ ਆਰ ਈਜ਼ੀ ਟੂ ਫਾਈਂਡ ਫੋਰੈਸਟ देयर ਆਰ ਲੋਟ ਆਫ ਊਡ ਠੀਕ ਹੈ ਤਾਂ ਲੌਗਸ ਵਾਲੇ ਘਰ ਬਣਾਏ ਤੇ ਇਸ ਆਨਸਰ ਹੈਗਾ 올 ਆਫ ਬਾ ਵਾਈ ਡੂ ਹਾਊਸਿਸ ਹੈਵ ਬੈਡਰੂਮਸ ਫੋਰ ਸਲੀਪਿੰਗ ਠੀਕ ਹੈ ਫੋਰ ਸਲੀਪਿੰਗ ਦੇ ਲਈ ਸੀਗੇ ਵੈਸੇ ਉਹ ਠੀਕ ਹੈ ਤੁਸੀਂ ਇਸਦੇ ਉੱਤੇ ਟਿਕ ਲਗਾਣਾ ਅਗੇ ਨੈਕਸਟ ਹੈਗਾ ਏ ਵੇਅਰ ਇਜ਼ ਅ ਬੇਸਮੈਂਟ ਆਫ ਹਾਊਸ ਤਾਂ ਜਿਹੜੀ ਬੇਸਮੈਂਟ ਸੀਗੀ ਹਾਊਸ ਦੀ ਉਹ ਕਿੱਥੇ ਸੀਗੀ ਤੇ ਆਪਾਂ ਇਸਦੇ ਉੱਪਰ ਦੇਖਦੇ ਆ ਉੱਪਰ ਬੇਸਮੈਂਟ ਕਿੱਥੇ ਲਿਖਿਆ ਹੋਇਆ ਹੈ ਵਰਡ ਮੇਨ ਪਾਰਟ ਠੀਕ ਹੈ ਬਿਸਾਈਡ ਦੀ ਹਾਊਸ ਅਬੋਵ ਦੀ ਹਾਊਸ ਅੰਡਰ ਦੀ ਹਾਊਸ ਤਾਂ ਕਿੱਥੇ ਸੀਗੀ ਬੇਸਮੈਂਟ ਅੰਡਰ ਦੀ ਹਾਊਸ ਨੈਕਸਟ ਹਾਊਸ ਹੈਵ ਅ ਡੋਰਸ ਠੀਕ ਹੈ ਡੋਸਕਾ ਦੇ ਲਈ ਹੁੰਦੇ ਸੋ ਦੈਟ ਪੀਪਲ ਕੈਨ ਐਂਟਰ ਐਂਡ ਐਗਜ਼ਿਸਟ ਠੀਕ ਹੈ ਅੰਦਰ ਤੇ ਬਾਹਰ ਜਾ ਸਕਣ ਹਾਊਸਸ ਹੈਵ ਵਿੰਡੋਜ਼ लेट्स ਪੀਪਲ ਗੋ ਆਊਟਸਾਈਡ lets people look outside ਠੀਕ ਹੈ lets air into the house from outdoors ਹਾਂਜੀ ਠੀਕ ਹੈ ਤਾਂ lets people lookਸ ਤੇ b ਤੇ c ਦੋਨਾਂ ਦੇ ਲਈ ਹੁੰਦੀ ਹੈ ਠੀਕ ਹੈ ਕਰੈਕਟ ਹੈ ਅਗੇ ਫੈਂਸੀ ਹਾਊਸਸ ਆਰ ਪੇਂਟਡ ਵਿਦ ਬ੍ਰਾਈਟ ਕਲਰ ਐਂਡ ਆਰ ਵੈਰੀ ਬਿਕ ਠੀਕ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਹੈਗਾ ਕਿਚਨ ਰੂਮ ਇਸ ਫੋਰ ਕੁਕਿੰਗ ਟੂ ਹੈਗਾ 올 ਪੀਪਲ ਵਿ ਲੀਵ ਇਨ ਹਾਊਸ ਵਿਲ ਐਗਰੀ ਥੈਟ देयर ਆਰ ਨੋ ਪਲੇਸ ਲਾਈਕ ਹੋਮ ਰੈਸੋ ਫੀਲ ਕਰਦੇ ਸੀਗੇ ਇਦਾਂ ਦਾ ਤੇ ਵਾਟ ਇਜ਼ ਐਨ ਐਟਿਕ ਕਿ ਸੀਗੀ ਵਿਚ ਆ ਵਨ ਆਫ ਦੀ ਫੋਲੋਇੰਗ ਇਜ਼ ਅ ਕਾਰੈਕਟ ਸਿਨੋਨਿਮ ਆਫ ਦੀ ਵਰਡ ਫੈਂਸੀ ਫੈਂਸੀ ਨੂੰ ਆਪਾਂ ਹੋਰ ਵੀ ਕੀ ਕਹਿੰਦੇ ਆ ਬਿਊਟੀਫੁਲ ਸਿਮਿਲਰ ਵਰਡ ਨੂੰ ਆਪਾਂ ਸਿਨੋਨਿਮਸ ਕਹਿੰਦੇ ਆ ਤਾਂ ਸਿਮਿਲਰ ਵਰਡ ਅਗੇ ਨੈਕਸਟ ਇੱਕ ਹੋਰ ਪੈਰਾ ਆਊਗਾ ਪੈਸੇਜ ਦੇ ਅਨਸਰ ਦੇਣੇ ਆ ਨੀਚੇ ਵਾਲੇ ਕੁਐਸਚਨਾਂ ਦੇ ਵੱਡਸ ਦੀ ਹੈਲਥ ਰੈਫਰਸ ਟੂ ਹੈਲਥ ਰੈਫਰਸ ਟੂ ਅ ਸਾਉਂਡ ਲਿਖਿਆ ਹੋਇਆ ਸਾਉਂਡ ਮਾਈਂਡ ਐਂਡ ਅ ਫਿਜ਼ੀਕਲੀ ਫਿਟ ਬਾਡੀ ਫ੍ਰੀ ਫ੍ਰੋਮ ਐਨੀ ਸੌਰਟ ਆਫ ਸਿਕਨੈਸ ਡਿਸਆਰਡਰ অর ਅਲਾਈਨਮੈਂਟ ਠੀਕ ਹੈ ਮਤਲਬ ਜਿਹੜੀ ਹੈਲਥ ਹੁੰਦੀ ਹੈ ਹੈਲਥ ਰੈਫਰਸ ਟੂ ਅ ਸਾਉਂਡ ਮਾਈਂਡ ਐਂਡ ਅ ਫਿਜ਼ੀਕਲੀ ਬਾਡੀ ਫਿਟ ਫ੍ਰੋਮ ਐਨੀ ਸੌਰਟ ਆਫ ਸਿਕਨੈਸ ਨੈਕਸਟ ਕਹਿੰਦਾ ਵੈਲਥੀ ਮੈਨ ਇੰਜੋਏ ਲਵ ਯੈਸ ਵੈਲਥੀ ਮੈਨ ਕਿਉਂਕਿ ਹੈਲਥ ਇਜ਼ ਅ ਵੈਲਥ ਹੁੰਦੀ ਹੈ ਠੀਕ ਹੈ ਤਾਂ ਆਪਾਂ ਕਿਵੇਂਗੇ ਕੈਨ ਹੈਲਥੀ ਵੈਲਥੀ ਮੈਨ ਇੰਜੋਏ ਲਾਈਫ हां ਅਗਰ ਜੇ ਉਸਦੀ ਹੈਲਥ ਠੀਕ ਹੈ ਤਾਂ ਉਹ ਵੈਲਥੀ ਮੈਨ ਆਪਣੇ ਇੰਜੋਏ ਕਰ ਸਕਦਾ ਫਿਰ ਦੀ ਸੈLECTION ਇਨ ਦੀ ਆਰਮੀ ਦੀ ਸਰਵਿਸ ਇਜ਼ ਮੇਡ ਪਿਓਰਲੀ ਔਨ ਠੀਕ ਹੈ ਤਾਂ ਤੁਸੀਂ ਪੈਰੇ ਦੇ ਵਿੱਚੋਂ ਇਹ ਵਾਲਾ ਕੁਸ਼ਚਨ ਹੈ ਜਿਹੜਾ ਆਨਸਰ ਆ ਲੱਭ ਕੇ ਲਿਖ ਸਕਦੇ ਹੋ ਅਗਰ ਮੈਚ ਦੀ ਕਾਲਮ ਫਰੈਸ਼ ਐਂਡ ਪ੍ਰੀਜ਼ਰਵ ਪ੍ਰੀਜ਼ਰਵ ਇਥਾ ਤਿੰਨੇ ਦਿੱਤੇ ਹੋਏ ਨੇ ਤੇ ਹੋਏ ਨੇ অপਸ਼ਨ ਪਰ ਇਧਰ ਦੋ ਅਤੇ ਥੋੜਾ ਕਰੈਕਟ ਨਹੀਂ ਹੈਗਾ पेपर केैक्ट आऊगा तो यह थोड़े अजय आप नहीं करा ठीक है अगर नैक्सट देखते हैं हाईजीनिक रेफरस टू अ प्रैक्टिस दैट कैन लीड तक उपर लिखे हुआ हाईजीन गुड प्रैक्टिस एंड प्रिवेंट सीन एंड लीड टू गुड हैल्थ तो आप किसते टिक लावे बैलेंसड डाइट तो होगा इंपोर और या अबेंट बैंथ या रेगुलर पेथ बैलेंस डाइट लाइफ विल बिकम वोथलैस थ्रो अगलूमिंग ड्रिंकिंग रेगुलेटरी लाइफ ਪਿਓਰ ਮਾਈਂਡ ਐਂਡ ਹੈਲਥੀ ਬੋਡੀ ਤਾਂ ਲਾਈਫ ਵਾਰਥレス ਤੋਂ ਹੈਲਥੀ ਬੋਡੀ ਨੈਕਸਟ ਆਏਗਾ ਰਾਈਟਿੰਗ ਸਕਿਲਸ ਗ੍ਰਾਮਰ ਐਂਡ ਟ੍ਰਾਂਜੈਕਸ਼ਨ ਇੱਕ ਪੈਰਾ ਹੋਗਾ ਪ੍ਰੀਸਾਈਜ਼ ਕਰਨਾ ਹੈ ਤੇ ਇਸ ਦਾ ਸੂਟੇਬਲ ਟਾਈਟਲ ਦੇਣਾ ਹੈ ਤਾਂ ਇਸ ਦੀ ਤੁਸੀਂ ਫੋਟੋ ਕਲਿੱਕ ਕਰ ਲਓ ਸਕਰੀਨਸ਼ਾਟ ਲੈ ਲਓ ਠੀਕ ਹੈ ਫਿਰ ਸਕਰੀਨਸ਼ਾਟ ਲਾਉਂਗੇ ਤਾਂ ਤੁਸੀਂ ਇਸ ਨੂੰ ਰੀਡ ਕਰਿਓ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਇਸ ਦਾ ਕਿਹੜਾ ਸੂ ਟੇਬਲ ਟਾਈਟਲ ਬਣ ਸਕਦਾ ਹੈ ਤੇ ਕੀ ਇਹ ਇਸ ਦੇ ਪੈਰੇ ਦੇ ਵਿੱਚੋਂ ਆਪਾਂ ਕਿਹੜਾ ਵੈਸੇ ਉਹ ਵਾਲੀ ਤੁਸੀਂ ਲਾਈਨ ਰਹਿਣ ਦੇ ਦੇ ਵਿੱਚ ਸ਼ਾਰਟ ਕਰਕੇ ਜਿਹੜਾ ਲਿਖਣਾ ਖੁਦ ਲਿਖਿਆ ਜਾਊਗਾ ਜੇ 10 ਲੈਣਾ ਹੋਣ ਗਿਆ ਤਾਂ 5 ਲਿਖ ਕੇ ਆਣੀ ਆ ਜੇ 12 ਹੋਣਗੇ ਤਾਂ 6 ਹਾਫ ਕਰਕੇ ਮੇਨ ਵਿੱਚ ਠੀਕ ਹੈ ਨੈਕਸਟ ਪੋਜ਼ ਯੂ ਆਰ ਰਨ ਵਿਜੇ ਐਂਡ ਯੂ ਲਿਵ ਇਨ ਐਨ ਮਤਲਬ ਇਹ ਵਾਲਾ ਐਡਰੈਸ ਵਿੱਚ ਰਾਈਟ ਅ ਲੈਟਰ ਟੂ ਐਨ ਐਡੀਟਰ ਆਫ ਅ ਨਿਊਜ਼ਪੇਪਰ ਆਫ ਚੇਂਜ ਯੂ ਆਰ ਨੇਮ ਟਿਕਰ ਲੈਟਰ ਲਿਖਣਾ ਹੈ ਨਾ ਰਾਈਟ ਐਪਲੀਕੇਸ਼ਨ ਟੂ ਯਰ ਪ੍ਰਿੰਸੀਪਲ ਸਕੂਲ ਰਿਕੁਐਸਟਿੰਗ ਹਿਮ ਟੂ ਕੰਡਨ ਦੀ ਸ਼ੋਰਟੇਜ ਆਫ ਲੈਕਚਰ ਇਨ ਕਿਉ ਜਿਹੜੇ ਉਹਨਾਂ ਦੇ ਉੱਤੇ ਰੀਸੋਲਵ ਕਰੇ ਕਿ ਜਿਹੜੀ ਸ਼ੋਰਟੇਜ ਆ ਲੈਕਚਰਸ ਦੀ ਇਨ ਯੋਰ ਕੇਸ ਅਗੇ ਐਕਸਪਲੇਨ ਜਿਹੜਾ ਤੁਹਾਡੇ ਲੈਕਚਰ ਦੀ ਸ਼ੋਰਟ ਹੈ ਤੁਹਾਡੇ اٹੈਂਡੈਂਸ ਦੇ ਵਿੱਚ ਐਕਸਪਲੇਨ ਕਰਨਾ న్యూਸਪੇਪਰ ਹੈਡਲਾਈਨ ਨੂੰ ਡਿਕਲੇਅਰਡ ਥੈਟ ਨਿਊ ਬੋਨ ਫਾਊਂਡ ਅਲੀਬ ਠੀਕ ਹੈ ਤੇ ਈਮੇਲ ਆਉਗੀ ਈਮੇਲ ਕਰਨੀ ਹੈ ਇਨਗੂਰੇਸ਼ਨਸ ਆਫ ਦੀ ਕੰਪਨੀ ਅਗੇ ਹੈਗੇ ਟ੍ਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ ਕੀ ਸ਼ਲ ਵੀ ਗੋ ਟੂ ਮਾਊਂਟਨਸ ਥਿਸ ਈਅਰ ਕੀ ਅਸੀਂ ਇਸ ਸਾਲ ਪਹਾੜਾਂ ਤੇ ਜਾਵਾਂਗੇ ਕੀ ਅਸੀਂ ਇਸ ਸਾਲ ਪਹਾੜ ਤੇ ਗਏ ਸੀਗੇ ਤੇ ਕੁਐਸਚਨ ਪੁੱਛਿਆ ਤਾਂ ਕੁਐਸਚਨ ਦੇ ਤਰ੍ਹਾਂ ਹੀ ਆਨਸਰ ਦਵਾਂਗੇ ਤਾਂ ਇਹਦਾ ਫਸਟ ਆਪਸ਼ਨ ਹੈ ਹੀ ਡਸ ਨੋਟ ਨੋ ਹਾਊ ਟੂ ਨੀਡ ਫਲੋਰਸ ਤਾਂ ਨਾਵ ਅਚਕ ਦੇ ਵਿੱਚ ਸੀਗਾ ਹੁਣ ਨਾਵ ਅਚਕ ਵਾਲਾ ਕਿਹੜਾ ਹੈ ਇਸ ਵਿੱਚ ਸਾਰੇ ਹਨਾ ਵਾਚਕ ਸਿਰਫ ਇਸ ਨੂੰ ਛੱਡ ਕੇ ਈੜੀ ਨੂੰ ਤਾਂ ਈੜੀ ਵਾਲਾ ਇਸਦਾ ਆਨਸਰ ਹੈ ਅੱਗੇ ਹੁਣ ਟ੍ਰਾਂਸਲੇਟ ਪੰਜਾਬੀ ਟੂ ਇੰਗਲਿਸ਼ ਕਰਨੀ ਐ ਉਹ ਆਪਣਾ ਪਰਸ ਘਰ ਭੁੱਲ ਗਈ ਸੀ ਫੋਰਗੇਟ ਹਰ ਪਰਸ ਐਟ ਹੋਮ ਸੀ ਫੋਰਗੇਟ ਹਰ ਪਰਸ ਐਟ ਹੋਮ ਉਹ ਆਪਣਾ ਭੁੱਲ ਗਈ ਨਾ ਤੇ ਉਹ ਪਾਸਟ ਚ ਭੁੱਲੀ ਸੀਗੀ ਤਾਂ ਆਪਾਂ ਪਾਸਟ ਤੇ ਵਾਲਾ ਕਰਾਂਗੇ ਤਾਂ ਹੀ ਫੋਰਗੇਟ ਹਰ ਪਰਸ ਐਟ ਕੱਲ ਕੰਮ ਵਾਲੀ ਬਰਤਨ ਕੰਮ ਵਾਲੀ ਬਰਤਨ ਨਹੀਂ ਧੋਵੇਗੀ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਧੋਵੇਗੀ ਤਾਂ ਵਿਲ ਵਿਲ ਠੀਕ ਐ ਬੀ ਠੀਕ ਹੈ ਨੈਕਸਟ డు ਐਜ਼ ਡਾਇਰੈਕਟਡ ਆਣਗੇ ਤੁਹਾਨੂੰ డు ਐਜ਼ ਡਾਇਰੈਕਟਡ ਕਰਨੇ ਆ ਡੈਸ਼ ਪੀਪਲ ਪਲੇ ਹੋਮੇਜ਼ ਟੂ ਅ ਡਿਪਾਰਟਡ ਲੈਡ ਅਪਲਾਈ ਡਿਟਰਮਨੈਂਟ ਕਰਨਾ ਹੈ ਸਰਵਲ ਪੀਪਲ ਠੀਕ ਹੈ ਤਾਂ ਸਰਵਲ ਪੀਪਲ ਆਗਾ ਕੁਝ ਵੀ ਉੱਪਰ ਲੜੇ ਕੀ ਸੀਗੇ ਸ਼ੀ ਡਿਡ ਨਾਟ ਸੈਂਡ ਮੀ ਡੈਸ਼ ਰਿਪਲਾਈ ਐਨੀ ਰਿਪਲਾਈ ਕੋਈ ਰਿਪਲਾਈ ਨਹੀਂ ਭੇਜਿਆ ਉਹਨੇ ਆਈ ਮਸਟ ਸਾਈਨ ਡੈਸ਼ ਵੈਲ ਤੇ ਤੁਹਾਨੂੰ ਪਤਾ ਹੈ ਏ ਆਈ ਓ ਯੂ ਦੇ ਅੱਗੇ ਐ ਲੱਗਦਾ ਹੈ ਠੀਕ ਹੈ ਫਿਰ ਇੱਥੇ ਕੀ ਲੱਗੋਗਾ ਦੀ ਬਿਲ ਅੱਗੇ ਡੈਸ਼ ਹੰਟ ਡੀਅਰ ਤਾਂ ਇੱਥੇ ਫਿਲ ਦੀ ਅਜਰਡ ਲਗਾਣਾ ਹੈ ਠੀਕ ਹੈ ਤਾਂ ਤੁਸੀਂ ਇਹ ਵਾਲਾ ਦੇਖ ਲਓ ਇਨਫਿਨਿਟੀ 2 ਲੱਗ ਜੂਗਾ ਅੱਗੇ ਦੀ ਚਰਚ ਇਸ ਦੀ ਬਿਗੇਸਟ ਇਨ ਇੰਡੀਆ ਠੀਕ ਹੈ ਡਿਗਰੀ ਆਫ ਕੰਪੈਰੀਜ਼ਨ ਦੇਖਣਾ ਇਹਦੇ ਵਿੱਚ ਨੈਕਸਟ ਹੈਗਾ ਇਹ ਇਟ ਇਜ਼ ਐਨ ਐਵਰ ਰੀਰਾਈਟ ਕਰਨਾ ਹੈ 2 ਲਗਾ ਕੇ ਠੀਕ ਹੈ ਕੋਮੇ ਸ਼ਾਇਦ ਕੋਮੇ ਦੇ ਵਿੱਚ ਪਤਾ ਨਹੀਂ ਰਿਮੂਵ ਕਰਨਾ ਹੈ 2 ਟੂਲ ਰਿਮੂਵ ਕਰਨ ਤੋਂ ਬਾਅਦ ਕਿਹੜੀ ਆਪਸ਼ਨ ਬਣੂਗੀ ਯੂ ਆਰ ਵੇਸਟਿੰਗ ਯੂਰ ਕੀ ਯੂ ਆਰ ਵੇਸਟਿੰਗ ਯੂਰ ਟਾਈਮ ਅਗੇ ਦਿਸ ਇਜ਼ ਅ ਕਟ ਡਾਊਨ ਦੀ ਟ੍ਰੀਜ਼ ਠੀਕ ਹੈ ਨੈਕਸਟ ਸੈਕਸ਼ਨ ਸੀ ਆਊਗਾ ਸਕੈਨ 3 ਦੇ ਵਿੱਚ ਤੁਹਾਨੂੰ ਜਿਹੜੇ ਕਿ ਲਿਟਰੇਚਰ ਬੁੱਕ ਦੇ ਟਿਕ ਮਾਰਕ ਆਣੇ ਨੇ ਇਹ ਸਾਰੇ ਤੁਸੀਂ ਆਪਣੇ ਬੁੱਕ ਦੇ ਵਿੱਚੋਂ ਦੇਖ ਕੇ ਕਰਨੇ ਨੇ ਪਹਿਲਾਂ ਤੁਹਾਡਾ ਸਾਰਾ ਗ੍ਰਾਮਰ ਦਾ ਪਾਰਟ ਕੰਪਲੀਟ ਹੋ ਗਿਆ ਵਟ ਇਜ਼ ਹਿਰ ਯੂਨਕ ਡਿਸਪਲੇ ਟੂ ਕਰਾਊਡ ਵਟ ਇਜ਼ ਇਨ ਨੇਮ ਆਫ ਹਰਡ ਗਰਲ ਇਨ ਅ ਸਟੋਰੀ ਸਕੂਲ ਆਫ ਸਿੰਪਥੀ ਠੀਕ ਹੈ ਸਾਰੇ ਕੁਐਸਚਨ ਤੁਸੀਂ ਧਿਆਨ ਨਾਲ ਦੇਖ ਲਓ ਨੈਕਸਟ ਸਕਰੀਨਸ਼ਾਟ ਲੈ ਲਓ ਇਹਨਾਂ ਦੇ ਨੈਕਸਟ ਤੁਹਾਨੂੰ ਇੱਕ ਰੀਡ ਦੀ ਸਟੈਂਜਾ ਆਊਗਾ ਮਤਲਬ ਪੋਇਮ ਆਊਗੀ ਪੋਇਮ ਦੇ ਵਿੱਚੋਂ ਜਿਹੜੇ ਨੀਚੇ ਵਾਲੇ ਕੁਐਸਚਨ ਨੇ ਨੇਮ ਦੀ ਪੋਇਟ ਤਾਂ ਤੁਸੀਂ ਦੱਸਣਾ ਇਜ਼ ਅ ਪੋਟ ਦਾ ਨੇਮ ਕੀ ਹੈ ਤੇ ਕਿਹੜੇ ਉਹਨੇ ਲਿਖਿਆ ਹੋਇਆ ਹੈ ਠੀਕ ਹੈ ਔਰ ਜੇਕਰ ਨਹੀਂ ਆਂਦਾ ਹੈਗਾ ਤਾਂ ਨੈਕਸਟ ਜਿਹੜਾ ਹੈਗਾ ਇਸ ਤੋਂ ਅਗਲਾ ਉਹ ਹੈਗਾ ਆਈ ਐਮ ਦੀ ਹੈਂਡਲ ਆਫ ਹਿਊੀ ਦੀ ਡੋਰ ਦੀ ইফ ਸ਼ਾਇਦ ਇਹਨਾਂ ਨੇ ਇੱਥੇ ਰੂਕ ਪਲੇਸ ਕੀਤਾ ਹੈ ਯਾ ਮੈਨੂੰ ਲੱਗਦਾ ਹੈ ਕਿਸੇ ਨੇ ਲਾਈਨ ਗਈ ਹੋਈ ਹੈ ਤਾਂ ਤੁਸੀਂ ਦੱਸਣਾ ਹੈ ਨੇਮ ਦੀ ਪੋਇਟ ਹੈ ਹੂ ਇਜ਼ ਅ ਸਪੀਕਰ ਆਫ ਦੀ ਪੋਇਮ ਸਿਰਫ ਪੋਇਮ ਦੀ ਇੱਕ ਲਾਈਨ ਲਿਖ ਕੇ ਦੱਸ ਦिती ਹੋਏ ਠੀਕ ਹੈ ਬੱਚੋ ਗਲਤ ਨਹੀਂ ਐ ਸੋਰੀ ਮੇਨ ਤੋਂ ਗਲਤ ਕਾ ਹੋ ਗਿਆ ਪਰ ਇੱਕ ਲਾਈਨ ਐ ਪੋਇਮ ਦੀ ਨੈਕਸਟ ਹੈਗਾ ਸੈਂਟਰ ਆਈਡੀਆ ਦੋਨੋਂ ਸੈਂਟਰ ਆਈਡੀਆ ਯਾਦ ਕਰਕੇ ਜਾਓ ਰੋਟ ਟੇਕਨ ਤੇ ਫਰੈਂਡਸ਼ਿਪ ਠੀਕ ਹੈ ਦੋਨਾਂ ਹੀ ਇੰਪੋਰਟੈਂਟ ਐ ਕੋਈ ਪਤਾ ਨਹੀਂ ਕਿਸ ਦੇ ਨਾਲ ਕਿਸ ਦੀ ਆਪਸ਼ਨ ਆ ਜਾਵੇ ਦੋਨੋਂ ਯਾਦ ਕਰਕੇ ਜਾਓ ਤੇ ਇਹਨੇ 3 ਕੁਐਸਚਨਾਂ ਦੇ ਆਨਸਰ ਦੇਣੇ ਹੋਗੇ ਪੇਰੈਂਟ ਟੀਚਰ ਮੀਟਿੰਗ ਹਾਊਸ ਗਰਲ ਵਨ ਦੀ ਫਿਲਿਪਸ ਲਰਨ ਵੋਇਲੈਂਟ ਕਵਿਕਲੀ ਐਂਡ ਲੈਫਟ ਮੈਨਸ ਰੀਸਟੋਰ ਦੀ ਇਕੁਇਲਿਬਰੀਅਮ ਐਂਡ ਟੂ ਨੇਮਸ ਆਫ ਸੈਲੂਲਰ ਠੀਕ ਹੈ ਨੈਕਸਟ ਐਨ 2 ਕੁਐਸਚਨ ਕਰਨੇ ਆ ਮਿਸ ਬੀਮ ਸਕੂਲਸ ਐਂਡ ਹਰੀਆਂ ਕੀ ਚਾਸਿੰਗ ਦੀ ਡੌਗ ਐਂਡ ਚੰਦੂ ਡਿਸਾਈਡ ਟੂ ਗੋ ਔਨ ਸਟ੍ਰਾਈਕ ਨੈਕਸਟ ਕਰੈਕਟਰ ਲਿਖਣਾ ਹੈ ਕਰੈਕਟਰ ਸਕੈਚ ਕਿਹਦਾ ਆਣਾ ਹੈ ਹੁਣ ਹਸਨ ਦਾ ਔਰ ਥੀਮ ਆਣਾ ਚੈਪਟਰ ਹੈ ਸਟੋਰੀ ਆਫ ਮਾਈ ਲਾਈਫ ਠੀਕ ਹੈ ਅਗੇ ਕਰੈਕਟਰ ਸਕੈਚ ਆਣਾ ਹੈ ਮਿਸ ਬੀਮ ਦਾ ਤੇ ਕਰੈਕਟਰ ਸਕੈਚ ਆਣਾ ਹੈ ਪੋਲੀ ਇਨ ਯਰ ਵਰਡ ਠੀਕ ਹੈ ਤੁਹਾਡਾ ਪੇਪਰ ਸੀਗਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡਾ 12th ਕਲਾਸ ਵਾਲਿਆਂ ਦਾ ਜਰਨਲ ਇੰਗਲਿਸ਼ ਦਾ ਪੇਪਰ ਸੀ ਠੀਕ ਹੈ ਥੈਂਕ ਯੂ